ਜੈਤੀ ਮਰਨ ਤੇ ਪਿੰਡ ਪਿੰਡ ਤੋਂ ਇੱਕ ਉੱਥੇ ਪਿੰਡ ਪਿੰਡ ਨਹੀਂ ਵੜਨ ਉਹ ਤੇ ਇੱਕੋ ਹੀ ਹੈ ਦਰਜਾ ਉਹ ਇੱਥੇ ਦਰਜੇ ਨੇ ਸੰਸਾਰ ਦੀਆਂ ਮੱਤਾਂ 'ਚ ਦਰਜੇ ਹੈਗੇ ਨੇ ਕਲਾਸਾਂ 'ਚ ਬੜੀਆਂ ਤਾਂ ਹੋਈਆਂ ਕਲਾਸਾਂ ਏ ਕਲਾਸ ਬੀ ਕਲਾਸ ਸੀ ਕਲਾਸ ਕਲਾਸਾਂ ਬਣੀਆਂ ਹੋਈਆਂ ਨੇ ਇੱਥੇ ਦਰਜੇ ਬਣੇ ਹੋਏ ਨੇ ਸੱਚਖੰਡ 'ਚ ਕੋਈ ਦਰਜਾ ਨਹੀਂ ਬਿਨਾਂ ਦਰਜੇ ਦੇ ਕੋਈ ਦਰਜਾ ਸਭ ਸੇਸ ਕੀ ਸਿਆ ਕਿਹਨੇ ਬਣਾਈ ਸੇਸ ਤੇ ਸਵਾਰੀ ਕਿਹਨੇ ਕੀਤੀ ਹੈ ਜਦ ਗੁਰਮਤ ਪ੍ਰਗਟ ਹੁੰਦੀ ਹੈ ਜਦ ਮਨ ਬਸ ਆਉਂਦਾ ਇਹਦੇ ਤੇ ਤੂੰ ਸਵਾਰੀ ਕਰਦੀ ਹੈ ਫਿਰ ਫਿਰ ਤੇਰੇ ਅਧੀਨ ਹੁੰਦਾ ਮਨ ਸਿਆ ਰਮਦਾ ਮਨ ਤੇਰੇ ਅਧੀਨ ਮਨ ਨਹੀਂ ਅਧੀਨ ਚੱਲਦਾ ਕਿਸੇ ਦੇ ਤੇਰੇ ਬਿਨਾਂ ਤੂੰ ਆ ਕੇ ਮਨ ਨੂੰ ਜਿੱਤਦੀ ਹੈ ਜਦ ਗੁਰਮਤ ਆਉਂਦੀ ਹੈ ਫਿਰ ਮਰਦੀਆਂ ਦਲੀਲਾਂ ਸਭ ਬਸ ਸੰਸਾਰ ਵੀ ਤਾਂ ਹੀ ਜਿੱਤਿਆ ਜਾਂਦਾ ਇਹੀ ਮਤ ਸੰਸਾਰ ਨੂੰ ਜਿੱਤਦੀ ਹੈ ਸਾਰੇ ਬੜੇ ਬੜੇ ਜਿਹੜੇ ਨੇ ਨਾ ਗਿਆਨਵਾਨ ਗੁਰੂ ਬਣੇ ਹੋਏ ਨੇ ਆਪਣੇ ਆਪ ਨੂੰ ਸੰਤ ਸਾਧ ਕਹਾਉਂਦੇ ਨੇ ਡੇਰੇ ਬਣਾਈ ਬੈਠੇ ਨੇ ਪੱਤਾਂ ਦੇ ਪ੍ਰਚਾਰ ਕਰਦੇ ਸਾਰਿਆਂ ਦੇ ਉੱਤੇ ਸਾਰਿਆਂ ਦੇ ਉੱਤੇ ਹੀ ਸਵਾਰੀ ਕਰ ਸਾਰਿਆਂ ਨੂੰ ਜਿੱਤ ਲੈਂਦੇ ਸੇਸ ਕੀ ਆਪ ਇਹ ਸਾਰੇ ਸੇਸ ਨੇ ਡੰਗ ਮਾਰਦੇ ਨੇ ਕਿਉਂ ਜਿਹੜੀਆਂ ਮੱਤਾਂ ਜਾਏ ਆਪਣੇ ਖਾਣ ਵਾਲੀਆਂ ਨੇ ਉਹਨਾਂ ਦੇ ਪ੍ਰਚਾਰਕ ਸੇਸ ਨੇ ਸਾਰੇ ਹੀ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਮਨ ਮਤ ਸਰਪਣੀ ਹੋ ਕੇ ਦਾ ਅਵਤਾਰ ਹੈ ਜਿਹੜੇ ਇਹਦੇ ਹੁੰਦੇ ਨੇ ਨਾ ਇਹਨੂੰ ਮੰਨਣ ਵਾਲੇ ਨੇ ਜੋ ਇਸ ਕੀ ਸੇਵਾ ਕਰੇ ਤੁਸੀਂ ਇੱਕੋ ਫਿਰ ਜਿਹੜੇ ਇਹਦੇ ਨੇੜੇ ਲੱਗਦੇ ਨੇ ਉਹਨਾਂ ਨੂੰ ਇਹ ਖਾਂਦੀ ਹੈ ਉਹਨਾਂ ਨੂੰ ਕੀ ਖਾਂਦੀ ਹੈ ਸਰੀਰ ਕਰਕੇ ਨਹੀਂ ਖਾਂਦੀ ਉਹਨਾਂ ਦੀ ਅਕਲ ਖਾ ਜਾਂਦੀ ਹੈ ਜਿਹੜਾ ਮਾੜਾ ਮੋਟਾ ਖਿਆਲ ਹੁੰਦਾ ਉਹ ਵੀ ਚੱਟ ਜਾਂਦੀ ਹੈ ਜਾਏ ਆਪਣੇ ਖਾਏ ਆਪਣੇ ਜਾਏ ਹੋਇਆਂ ਨੂੰ ਹੀ ਗਿਆਨ ਨਾਸ਼ ਕਰ ਦਿੰਦੀ ਹੈ ਭਰਮ ਬਦਲ ਦਿੰਦੀ ਤੁਸੀਂ ਕੇਸਰੀ ਬਾਹਨੀ ਕਹਿ ਕਹਾਈ ਤੁਸੀਂ ਕੇਸਰੀ ਬਾਹਨੀ ਕਹਿ ਕਹਾਈ ਸ਼ੇਰ ਦੀ ਸਵਾਰੀ ਕੇਸਰੀ ਹੁੰਦਾ ਸ਼ੇਰ ਪਾਣੀ ਹੁੰਦਾ ਸਵਾਰੀ ਕਰਨ ਵਾਲੀ ਸ਼ੇਰ ਦੀ ਸਵਾਰੀ ਕਰਨ ਵਾਲੀ ਵੀ ਤੁਸੀਂ ਕਹਾਈ ਹੁਣ ਲੈ ਲਓ ਆਹ ਕਰਤਾ ਉਹਨਾਂ ਦਾ ਮੰਡੀ ਪਹੁੰਚਦੀ ਜਿਹੜੇ ਬਹੁਤੇ ਰੌਲਾ ਪਾਉਂਦੇ ਸ਼ੇਰ ਦੀ ਸਵਾਰੀ ਕਰਨ ਵਾਲੀ ਜਿਹੜੀ ਦੁਰਗਾ ਜੀ ਚੱਡੀ ਹੈ ਜਨਾਨੀ ਹੈ ਉਹ ਇਹਨਾਂ ਦੀ ਹੈ ਤੈਨੂੰ ਇਹ ਕਹਿੰਦੇ ਨੇ ਕੇਸਰੀ ਬਾਹਨੀ ਉਹ ਤੇਰੀ ਉਹ ਫੋਟੋ ਬਣਾਈ ਹੋਈ ਹੈ ਇਹਨਾਂ ਨੇ ਉਹਨਾਂ ਨੇ ਸ਼ੇਰ ਦੀ ਸੱਚੀ ਪਿੱਚੀ ਦੀ ਫੋਟੋ ਬਣਾ ਦਿੱਤੀ ਇਹਨਾਂ ਨੇ ਕੇਸਰੀ ਕਿਹਾ ਸੀ ਨਿਰਭੈ ਬਾਦਲ ਜਿਹੜਾ ਵਿਵੇਕ ਹੈ ਇਹ ਕੇਸਰੀ ਹੈ ਡਰਦਾ ਨਹੀਂ ਕਿਸੇ ਤੇ ਜਿਹੜਾ ਗਿਆਨ ਕਿਸੇ ਤੋਂ ਡਰਦਾ ਨਹੀਂ ਭੈ ਹੈ ਭੈ ਹੋ ਕੇ ਗੱਲ ਕਰਦਾ ਓਕੇ ਉਹਨੂੰ ਸ਼ੇਰ ਕਹਿੰਦੇ ਨੇ ਮਨਮੁੱਖ ਨੂੰ ਕਹਿੰਦਾ ਮਨਮੁੱਖ ਬੁੱਕ ਨਾ ਜਾਣਦਾ ਬੁੱਕ ਦਾ ਕੌਣ ਹੁੰਦਾ ਸਿੰਘ ਬੁੱਕ ਸ਼ੇਰ ਬੁੱਕਦਾ ਇਹ ਬੋਲਣਾ ਵੀ ਬੁੱਕਣਾ ਹੁੰਦਾ ਇੱਕ ਬੋਲਣਾ ਬਿੱਲੀ ਬੁੱਕੂ ਹੁੰਦਾ ਵਿਉਂ ਵਿਉਂ ਕਰਕੇ ਜਦੋਂ ਅੰਦਰ ਸੱਚ ਨਹੀਂ ਹੈ ਜਦੋਂ ਅੰਦਰ ਸ਼ੰਕਾ ਹੈ ਜੇ ਕਿਸੇ ਨੇ ਸਵਾਲ ਕਰਤਾ ਮੇਰੇ ਕੋਲ ਜਵਾਬ ਨਹੀਂ ਹੈ ਫਿਰ ਦਾਅਵੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਫਿਰ ਗੜਕ ਕੇ ਗੱਲ ਨਹੀਂ ਕਰਦਾ ਡਰਦਾ ਕਰਦਾ ਜਦ ਗੱਲ ਕਰਦਾ ਵੀ ਜਿਹੜਾ ਮੂਹਰੇ ਆਊ ਆਉਣ ਦੇ ਆਵੇ ਸਹੀ ਜਿਹੜਾ ਆਉਂਦਾ ਬਚ ਕੇ ਜਾਊ ਕਿੱਥੇ ਕਿੱਥੋਂ ਬੋਲੂਗਾ ਸੰਸਾਰੀ ਅਕਲ ਜੋ ਹੀ ਬੋਲੂਗਾ ਅਤੇ ਉਹਦਾ ਸੰਸਾਰ ਦੇ ਉੱਤੇ ਖੜਾ ਉਹ ਸੰਸਾਰੀ ਅਕਲ ਤਾਂ ਬੋਲੂਗਾ ਹਾਂ ਕਿੱਥੋਂ ਆਦਮੀ ਜਿਹੜਾ ਆਊਗਾ ਸਿਮਰ ਦੇ ਸ਼ਾਸਤਰਾਂ 'ਚ ਬੋਲ ਸੰਸਾਰੀ ਅਕਲ ਤਾਂ ਬਹੁਤ ਥੱਲੇ ਦੀ ਗੱਲ ਹੈ ਜਿੱਥੇ ਸੰਸਾਰੀ ਅਕਲ ਖਤਮ ਹੁੰਦੀ ਹੈ ਪਹਿਲੀ ਪੌੜੀ ਉੱਥੋਂ ਸ਼ੁਰੂ ਹੁੰਦੀ ਹੈ ਇਹਦੀ ਜਿੱਥੇ ਸੰਸਾਰੀ ਬੁੱਧੀ ਦਮ ਤੋੜ ਜਾਂਦੀ ਹੈ ਉਦੋਂ ਗਾਂ ਦਾ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਸੰਸਾਰੀ ਬੁੱਧੀ ਵਾਲਾ ਉੱਥੇ ਅੱਗੇ ਕੀ ਕਰੂਗਾ ਇੱਕ ਖੋਜੀ ਹੈ ਸਾਇੰਟਿਸਟ ਹੈ ਉਹਦਾ ਪਿੱਛੇ ਕਿਤਾਬਾਂ ਪੜ੍ਹ ਕੇ ਆਇਆ ਉਹਦੇ ਨਾਲ ਖੋਜੀ ਨਾਲ ਕਿਵੇਂ ਪੱਗਾ ਲੈ ਲੂ ਬਈ ਉਹ ਪਿਛਲੀਆਂ ਤਾਂ ਸਾਰੀਆਂ ਜਾਣਦਾ ਗਾਹਾਂ ਜਿਹੜੀ ਉਹਨੇ ਨਵੀਂ ਕੀਤੀ ਆ ਉਹਨਾਂ ਦੀਆਂ ਲਿਖੀਆਂ ਹੋਈਆਂ ਬੜੀਆਂ ਨੇ ਉਹਨੇ ਉਹ ਤਾਂ ਥੱਲੇ ਦੀ ਕਲਾਸ ਦੀਆਂ ਗੱਲਾਂ ਨੇ ਜਿਹੜੀਆਂ ਉਹ ਕਰਨਗੇ ਉਹ ਖੋਜੀ ਗਾਹਾਂ ਖੜ੍ਹਾ ਉਦੋਂ ਵਿਦਵਾਨ ਖੋਜੀਆਂ ਦੇ ਚੇਲੇ ਹੁੰਦੇ ਨੇ
ਇਸ ਕਰਕੇ ਗੁਰਬਾਣੀ ਖੋਜੀ ਦੀ ਗੱਲ ਕਰ ਰਹੀ ਹੈ, ਵਿਦਵਾਨ ਦੀ ਨਹੀਂ ਗੱਲ ਕਰ ਰਹੀ। ਵਿਦਵਾਨ ਨੂੰ ਕੁਛ ਨਹੀਂ ਸਮਝੀ, ਵਿਦਵਾਨ ਨੂੰ ਮੂਰਖ ਕਹਿ ਰਹੀ ਹੈ ਬਾਣੀ। ਮੂਰਖ ਪੰਡਤ ਹਕਮਤ ਹੁਜਤ, ਖੋਜੀ ਹਕਮਤ ਹੁਜਤ ਵਾਲਾ ਨਹੀਂ ਹੁੰਦਾ। ਖੋਜੀ ਤਾਂ ਕੋਈ ਨਵੇਂ ਅਵਿਸ਼ਕਾਰ ਕਰਦਾ, ਨਵੀਆਂ ਚੀਜ਼ਾਂ ਦੱਸਦਾ ਹੈ। ਖੋਜੀ ਅੱਗੇ ਵੱਧ ਰਿਹਾ, ਵਿਦਵਾਨ ਨੇ ਜਿਹੜੀ ਕਈ ਵਾਰ ਲਿਖੀ ਹੋਈ ਵੀ ਗਲਤ ਸਮਝੀ ਹੋਈ ਹੈ, ਲਿਖਿਆ ਕੁਛ ਉਹਨੇ ਸਮਝਿਆ ਹੋਇਆ ਕੁਛ। ਇਸ ਕਰਕੇ ਇੱਥੇ ਸਮਝਿਆ ਕੁਛ ਹੈ, ਲਿਖਿਆ ਕੁਛ ਸੀ। ਕੇਸਰੀ ਬਾਹ ਨੇ ਕਿਹਾ ਸੀ ਇਸ ਬੁੱਧ ਨੂੰ, ਗੁਰਮਤ ਨੂੰ, ਉਹਨਾਂ ਨੇ ਸ਼ੇਰ ਦੇ ਉੱਤੇ ਇੱਕ ਜਨਾਨੀ ਦੀ ਸਵਾਰੀ ਬਣਾ ਦਿੱਤੀ। ਚੱਲ ਜੀ, ਕੇਸਰੀ ਬਾਹ ਨਹੀਂ ਹੋ, ਇਹ ਗੱਲ ਨਹੀਂ ਲੋਕਾਂ ਨੇ ਪੱਕੀ। ਜਿਹਨੂੰ ਭਾਈ ਗੁਰਦਾਸ ਕਹਿੰਦਾ ਸਿੰਘ ਬੁੱਕੇ ਮਿਰਗਾਵਲੀ, ਭਾਈ ਗੁਰਦਾਸ ਦੀ ਤਾਂ ਬਾਣੀ 12 'ਚ ਲਿਖਿਆ ਹੋਇਆ, ਜਿਹੜੀ ਭਾਈ ਗੁਰਦਾਸ ਦੇ 9 ਪਾਈਆਂ ਨੇ, ਉਹ ਕੀ ਹੈ? ਮਿਰਗਾ ਦੀ ਡਾਲ ਤਾਂ ਦਿਖਾਈ ਨਹੀਂ, ਇਹ ਬਾਕੀ ਮੱਤਾਂ ਮਿਰਗਾਵਲੀ ਉਹਨੇ ਜਾਂ ਸੱਚ ਪ੍ਰਗਟ ਹੁੰਦਾ ਹੈ। ਜਿਹੜੇ ਝੂਠ ਦੀਆਂ ਮੱਤਾਂ ਨੇ ਨਾ, ਉਹ ਭੱਜ ਲੈਂਦੀਆਂ ਪੂਰੇ ਪੂਰੇ, ਜਿਵੇਂ ਦਹਾੜਦਾ ਉਹ ਜੰਗਲ ਜਾ ਕੇ, ਕੋਈ ਕਰਨ ਨਹੀਂ ਜਾਗਦਾ, ਆਪਣੇ ਆਪਣੇ ਠਿਕਾਣੇ ਛੁੱਪ ਜਾਂਦੇ ਨੇ ਜਾ ਕੇ। ਇਹ ਸੰਤ ਸਾਰੀ ਟਿਕਾਣੇ ਆਪਣੇ ਛੁੱਪ ਜਾਣਗੇ, ਭੋਰਿਆਂ 'ਚ ਵੜ ਜਾਣਗੇ, ਚੁੱਪ ਕਰ ਜਾਣਗੇ। ਉਹਨਾਂ ਨੂੰ ਪਤਾ ਵੀ ਸਾਡੀ ਤਾਂ ਗੱਲ 'ਚ ਵੱਜਣਾ ਨਹੀਂ ਰਹਿਣਾ ਕਦੇ। ਤੂੰ ਤੋ ਸਾਰ ਕੁਟਾਉਣ ਕਰਕੇ ਸੁਹਾਇਓ, ਤੂੰ ਕੇਸਰੀ ਬਾਹਨੀ ਕਹਿ ਕਹਾਈ, ਕਹਿ ਕਹਾਈ ਕਹਾਈ ਹੈ ਤੈਨੂੰ, ਇਹ ਕਹਿੰਦੇ ਨੇ ਕੇਸਰੀ ਬਾਹਨੀ ਸ਼ੇਰ 'ਤੇ ਸਵਾਰੀ ਕਰਨ ਵਾਲੀ, ਤੈਨੂੰ ਇਹ ਕਹਿੰਦੇ ਨੇ, ਗੁਰਮਤ ਨੂੰ ਇਹ ਕਹਿੰਦੇ ਨੇ। ਹਾਂ, ਤੂੰ ਤੋ ਸਾਰ ਕੁਟਾਨ ਕਰਕੇ ਸੁਹਾਇਓ, ਤੂੰ ਤੋ ਸਾਰ ਕੁਟਾਨ ਕੁਟਾਨ ਕਰਕੇ ਸੁਹਾਇਓ, ਕਰਕੇ ਸੁਹਾਇਓ, ਸਾਰ ਕੁੱਟਣ ਵਾਲਾ। ਤੂੰ ਤੋ ਨਹੀਂ ਹੈ, ਤੂੰ ਤੂੰ ਸਾਰੇ ਕੂਟਾਨ ਕਰਕੇ ਸੁਹਾਇਓ। ਤੂੰ ਤੋ ਸਾਰ ਕੁਟਾਨ ਕਰਕੇ ਸੁਹਾਇਓ, ਤੈਨੂੰ ਮਨ ਨੂੰ ਕੁੱਟਣ ਵਾਲਾ ਕਹਿੰਦੇ ਨੇ। ਜਿਹੜਾ ਸਾਰ ਹੁੰਦਾ ਨਾ, ਸਾਰ ਗਿਆਨ ਹੁੰਦਾ, ਕੁੱਟਣਾ ਹੈ ਤੋ ਮਨ ਕੋ ਕੁੱਟਾ, ਮਨ ਕੋ ਕੁੱਟਾ ਤੇ ਜਮਤੇ ਛੁੱਟਾ। ਜਿਵੇਂ ਲੋਹੇ ਨੂੰ ਕੁੱਟਦੇ ਆ, ਉਹਦੀ ਜੰਗ ਆਪੇ ਲੈ ਜਾਂਦੀਆਂ ਨੇ, ਝੜ ਜਾਂਦੀ ਹੈ। ਲੋਹੇ ਨੂੰ ਜੰਗ ਆਲੇ ਨੂੰ ਕੁੱਟੀਏ ਤੇ ਜੰਗ ਆਪੇ ਝੜ ਜਾਂਦੀ ਹੈ। ਆਹ ਲੋਹਾ ਸ਼ੁੱਧ ਹੋ ਜਾਂਦਾ, ਕੁੱਟੇ 'ਤੇ ਹੀ ਹੋ ਜਾਂਦਾ ਸ਼ੁੱਧ, ਆ ਕੁੱਟੇ 'ਤੇ ਗਰਮ ਵੀ ਹੋ ਜਾਂਦਾ ਲੋਹਾ, ਜੇ ਕੁੱਟੀ ਜਾਈਏ ਹੱਥ ਨਹੀਂ ਲੱਗਦਾ ਲੋਹੇ। ਜ਼ਰੂਰੀ ਨਹੀਂ ਭੱਠੀ 'ਚ ਬੋਲ, ਕੁੱਟ ਕੇ ਹੀ ਠੀਕ ਹੋ ਜਾਂਦਾ, ਸਾਰੇ ਜੰਗ ਲੈ ਜਾਂਦੇ ਲੋਹੇ। ਇਹ ਮੈਂ ਜਿਹੜਾ ਮਨ ਹੈ ਨਾ, ਇਹ ਸਾਰੇ ਸ਼ੁੱਧ ਹੋ ਜਾਂਦਾ ਕੁੱਟੇ। ਕੁੱਟਣਾ ਹੈ ਤਾਂ ਕਬੀਰ ਕਹਿੰਦਾ ਮਨ ਕੋ ਕੁੱਟਾ, ਮਨ ਕੋ ਕੁੱਟਾ ਤੇ ਜਬ ਤੇ ਛੂਟਾ, ਕੁੱਟ ਕੁੱਟ ਮਨ ਕਸਵੱਟੀ ਲਾਵੈ, ਐਸਾ ਕੁੱਟਣ ਮੁਕਤ ਥੋ ਪਾਵੈ। ਇਹ ਉਸ ਐਂਗਲ ਤੋਂ ਇਹਦਾ ਵਿਚਾਰ ਕੀਤਾ। ਸਾਰ ਕੁੱਟਦੀ ਹੈ ਤੂੰ, ਸਾਰ ਦਾ ਮਤਲਬ ਹੈ ਸਰੀਰ ਨੂੰ ਨਹੀਂ ਕੁੱਟਦੀ, ਮਾਇਆ ਨੂੰ ਨਹੀਂ ਕੁੱਟਦੀ। ਬੁੱਧ